ਵੈਲਕਮ ਟੂ ਈਜ਼ੀ ਕੁਕਿੰਗ ਬਾਏ ਪਰਮਜੀਤ ਕੌਰ। ਹਾਂਜੀ, ਅੱਜ ਤਾਂ ਛੱਲੀਆਂ ਰੱਖੀਆਂ ਹੋਈਆਂ ਜੀ, ਕੀ ਬਣਾਉਣ ਲੱਗੇ ਹੋ? ਸਵੀਟ ਕੌਰਨ ਚਾਟ ਬਣਾਵਾਂਗੇ ਜੀ। ਲਓ ਜੀ, ਅੱਜ ਬਣਾਉਣਾ ਜੀ ਸਵੀਟ ਕੌਰਨ ਚਾਟ, ਕਿਉਂਕਿ ਅੱਜ ਕੱਲ੍ਹ ਜਿਹੜਾ ਮੌਸਮ ਹੈ ਇਹਦੇ 'ਚ ਸਵੀਟ ਕੌਰਨ ਯਾਨੀ ਕਿ ਪੰਜਾਬੀ ਜਿਹਨੂੰ ਛੱਲੀਆਂ ਵੀ ਕਹਿੰਦੇ ਆ ਬਹੁਤ ਆ ਰਹੀਆਂ ਨੇ ਜੀ। ਅਤੇ ਇਹ ਅਸੀਂ ਦੇਖੋ ਜੀ ਦੋ ਛੱਲੀਆਂ ਰੱਖੀਆਂ ਹੋਈਆਂ ਜੀ। ਅਤੇ ਸਵੀਟ ਕੌਰਨ ਚਾਟ ਬਣਾਉਣ ਵਾਸਤੇ ਸਭ ਤੋਂ ਪਹਿਲਾ ਸਟੈਪ ਇਹ ਹੈ ਵੀ ਅਸੀਂ ਛੱਲੀ 'ਚੋਂ ਸਾਰੇ ਦਾਣੇ ਇਹਦੇ ਅਲੱਗ ਕਰਾਂਗੇ। ਇਹ ਦੇਖੋ ਜੀ ਜਿਹੜੀ ਸਵੀਟ ਕੌਰਨ ਹੁੰਦੀ ਬਹੁਤ ਸੌਫਟ ਹੁੰਦੀ ਹੈ, ਇੱਕ ਲੇਅਰ ਜਿਹੜੀ ਹੈ ਜੀ ਕਿਸੇ ਚੀਜ਼ ਦੀ ਮਦਦ ਨਾਲ ਕੱਢ ਲਓ, ਚਮਚ ਦੀ ਮਦਦ ਨਾਲ ਕੱਢ ਲਓ, ਚਾਕੂ ਛੁਰੀ ਦੀ ਮਦਦ ਨਾਲ ਕੱਢ ਲਓ, ਅਤੇ ਉਸ ਤੋਂ ਬਾਅਦ ਫਿਰ ਇਹ ਹੱਥ ਨਾਲ ਇਹਦੇ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਆ। ਦੇਖੋ ਜੀ ਬਸ ਇਹੀ ਇਹਦਾ ਤਰੀਕਾ, ਕਿਉਂਕਿ ਬਹੁਤ ਸੌਫਟ ਹੁੰਦਾ ਹੈ ਇਹ ਜਿਹੜੀ ਸਵੀਟ ਕੌਰਨ ਹੈ, ਬਹੁਤ ਸੌਫਟ ਹੁੰਦੀ ਹੈ। ਦੇਖੋ ਜੀ ਬਸ ਇੱਕ ਲੇਅਰ ਸਾਨੂੰ ਕੱਢਣ ਦੀ ਜ਼ਰੂਰਤ ਹੈ। ਆਹ ਦੇਖੋ ਜੀ ਜੇ ਲੰਬਾਈ 'ਚ ਜੇ ਕੱਢੋਗੇ ਇਸ ਤਰ੍ਹਾਂ ਪਕੜਗੇ ਤਾਂ ਇਸ ਤਰ੍ਹਾਂ ਵੀ ਨਿਕਲ ਜਾਂਦੀ ਆ। ਦੇਖੋ ਜੀ ਹੱਥ ਨਾਲ ਇੱਕ ਇੱਕ ਲੇਅਰ ਥੱਲਿਓਂ ਕੱਢੀ ਚੱਲੋ, ਚਾਕੂ ਛੁਰੀ ਜਾਂ ਚਮਚ ਦੀ ਜ਼ਰੂਰਤ ਨਹੀਂ ਪੈਂਦੀ, ਇਹ ਇਸ ਤਰ੍ਹਾਂ ਦੇ ਕੱਢੋਗੇ ਤਾਂ ਹੱਥ ਨਾਲ ਵੀ ਨਿਕਲ ਜਾਣੀ ਹੈ। ਮਤਲਬ ਦੋਨੋਂ ਤਰੀਕੇ ਨਾਲ ਤੁਸੀਂ ਕੱਢ ਸਕਦੇ ਹੋ, ਜਾਂ ਤਾਂ ਇੱਕ ਲੇਅਰ ਖਾਲੀ ਕਰ ਲਓ ਚਾਕੂ ਛੁਰੀ ਨਾਲ ਜਾਂ ਚਮਚ ਨਾਲ, ਦਾਣਾ ਪੂਰਾ ਨਿਕਲ, ਜਾਂ ਫਿਰ ਨੀਚੇ ਵਾਲੇ ਪਾਸੇ ਨੂੰ ਕੱਢਣੇ ਸ਼ੁਰੂ ਕਰ ਦਿਓ। ਆਹ ਦੇਖੋ ਜੀ ਦਾਣਾ ਪੂਰਾ ਨਿਕਲ ਰਿਹਾ। ਕਿੰਨੀ ਆਸਾਨੀ ਨਾਲ ਨਿਕਲ ਰਿਹਾ ਜੀ। ਸਵੀਟ ਕੌਰਨ ਚਾਟ ਬਣਾਉਣ ਵਾਸਤੇ ਅਸੀਂ 200 ਗ੍ਰਾਮ ਸਵੀਟ ਕੌਰਨ ਲਏ ਜੀ। ਅਤੇ ਹੁਣ ਜਿਹੜਾ ਅਗਲਾ ਸਟੈਪ ਹੈ, ਅਸੀਂ ਇਹਨੂੰ ਇੱਕ ਛੱਲੀ 'ਚ ਪਾ ਦੇਣਾ ਜੀ। ਅਤੇ ਪਾਣੀ ਦੇਖੋ ਜੀ ਸਾਡਾ ਉਬਲ ਰਿਹਾ, ਅਤੇ ਅਸੀਂ 10 ਮਿੰਟ ਇਹਨਾਂ ਨੂੰ ਸਟੀਮ ਦਵਾਵਾਂਗੇ। ਅਤੇ 10 ਮਿੰਟ ਤੋਂ ਬਾਅਦ ਅਸੀਂ ਨੈਕਸਟ ਪ੍ਰੋਸੈਸ ਸਟਾਰਟ ਕਰਦੇ ਹਾਂ ਜੀ। ਲਓ ਜੀ 10 ਮਿੰਟ ਹੋ ਗਏ ਜੀ ਸਟੀਮ ਦਿੰਦੇ ਹਾਂ, ਅਤੇ ਹੁਣ ਅਸੀਂ ਗੈਸ ਕਰਦੇ ਹਾਂ ਜੀ ਬੰਦ ਹੈ ਜੀ, ਅਤੇ ਅਗਲਾ ਪ੍ਰੋਸੈਸ ਅਸੀਂ ਸਟਾਰਟ ਕਰਦੇ ਹਾਂ ਜੀ। ਲਓ ਜੀ ਪਾਣੀ 'ਚੋਂ ਅਸੀਂ ਕੱਢ ਲੈਣੇ ਜੀ। ਲਓ ਜੀ ਸਵੀਟ ਕੌਰਨ ਚਾਟ ਬਣਾਉਣੀ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲੇ ਅਸੀਂ ਜਿਹੜੀ ਸਵੀਟ ਕੌਰਨ ਨੂੰ ਸਟੀਮ ਦਵਾਈਏ ਉਹ ਇੱਕ ਬਾਊਲ 'ਚ ਐਡ ਕਰਦੇ ਹਾਂ ਜੀ। ਲਓ ਜੀ 2 ਟੇਬਲ ਸਪੂਨ ਪਿਆਜ਼ ਅਸੀਂ ਚੌਪ ਕਰਕੇ ਰੱਖੇ ਸੀ ਅਤੇ ਉਹ ਅਸੀਂ ਐਡ ਕਰਤੇ, ਬਹੁਤ ਬਰੀਕ ਬਰੀਕ ਚੌਪ ਕੀਤੇ ਹਾਂ ਜੀ। 2 ਚਮਚ ਸ਼ਿਮਲਾ ਮਿਰਚ 2 ਚਮਚ ਸ਼ਿਮਲਾ ਮਿਰਚ ਬਰੀਕ ਬਰੀਕ ਚੌਪ ਕਰਕੇ ਰੱਖੀ ਸੀ ਉਹ ਵੀ ਐਡ ਕਰਤੀ ਜੀ। 2 ਚਮਚ ਖੀਰਾ 2 ਚਮਚ ਖੀਰਾ ਇਹ ਵੀ ਚੌਪ ਕਰਕੇ ਰੱਖਿਆ ਸੀ ਬਰੀਕ ਬਰੀਕ, ਇਹ ਵੀ ਐਡ ਕਰਤਾ ਜੀ। 1 ਚਮਚ ਗ੍ਰੀਨ ਮਿਰਚ ਗ੍ਰੀਨ ਚਿੱਲੀ ਇਹ ਵੀ ਬਰੀਕ ਬਰੀਕ ਕਰਕੇ ਪਾਣੀ ਹੈ ਜੀ। 2 ਚਮਚ ਟਮਾਟਰ 2 ਚਮਚ ਟਮਾਟਰ ਅਸੀਂ ਚੌਪ ਕਰਕੇ ਰੱਖੇ ਸੀ ਜੀ, ਇਹ ਵੀ ਐਡ ਕਰ ਦਿੱਤੇ। 1 ਟੇਬਲ ਸਪੂਨ ਚਾਟ ਮਸਾਲਾ ਇਹ ਵੀ ਐਡ ਕਰਦੇ ਹਾਂ ਜੀ। ਰੈੱਡ ਪੈਪਰ ਪਾਊਡਰ ਹੈ ਜੀ, ਬਸ ਇਹ 1/2 ਚਮਚ ਤੋਂ ਵੀ ਥੋੜ੍ਹੇ ਪਾਉਣਾ, ਬਲਕਿ ਆਪਣੀ ਟੇਸਟ ਦੇ ਮੁਤਾਬਕ ਤੁਸੀਂ ਪਾਉਣਾ ਜਿੰਨਾ ਕੁ ਪਾਉਣਾ ਚਾਹੁੰਦੇ ਹੋ। ਕਾਲੀ ਮਿਰਚ 1 ਚਮਚ 1 ਛੋਟਾ ਚਮਚ ਕਾਲੀ ਮਿਰਚ ਪਾਊਡਰ। ਕਸ਼ਮੀਰੀ ਲਾਲ ਮਿਰਚ 1/2 ਚਮਚ ਦੇਖੋ ਜੀ, 1/2 ਛੋਟਾ ਚਮਚ ਕਸ਼ਮੀਰੀ ਲਾਲ ਮਿਰਚ, ਇਹ ਕੌੜੀ ਨਹੀਂ ਹੁੰਦੀ। ਥੋੜ੍ਹੇ ਜਿਹੇ ਅਸੀਂ ਧਨੀਏ ਦੇ ਪੱਤੇ ਚੌਪ ਕਰਕੇ ਰੱਖੇ ਜੀ ਅਤੇ ਉਹ ਅਸੀਂ ਐਡ ਕਰਦੇ ਹਾਂ ਜੀ। ਲਓ ਜੀ ਅੱਛੀ ਤਰ੍ਹਾਂ ਅਸੀਂ ਮਿਕਸ ਕਰ ਦੇਣਾ ਸਾਰੀਆਂ ਚੀਜ਼ਾਂ ਨੂੰ। ਥੋੜ੍ਹਾ ਜਿਹਾ ਖੱਟਾਪਨ ਦੇਣ ਵਾਸਤੇ ਅਸੀਂ 1 ਨਿੰਬੂ ਦਾ ਜੂਸ ਇਹ 'ਚ ਐਡ ਕਰਾਂਗੇ, ਬਾਕੀ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਨਿੰਬੂ ਪਾ ਸਕਦੇ ਹੋ ਜੀ। 1/2 ਪਾਉਣਾ ਚਾਹੋ 1/2 ਪਾ ਲਓ, ਪੂਰਾ ਪਾਉਣਾ ਚਾਹੋ ਤਾਂ ਪੂਰਾ ਪਾ ਲਓ।
ਨਿੰਬੂ ਦਾ ਜੂਸ ਪਾਉਣ ਤੋਂ ਬਾਅਦ ਅੱਛੀ ਤਰ੍ਹਾਂ ਅਸੀਂ ਇਹਨੂੰ ਮਿਕਸ ਕਰ ਦੇਣਾ ਜੀ। ਲਓ ਜੀ ਅਸੀਂ ਚਾਟ ਇੱਕ ਗਲਾਸ ਸ਼ਿਫਟ ਕਰਦੇ ਹਾਂ ਜੀ, ਇਹਦੇ ਨਾਲ ਇਹਨੂੰ ਖਾਣਾ ਬਹੁਤ ਹੀ ਸੌਖਾ ਜੀ। ਲਓ ਜੀ ਸਵੀਟ ਕੋਰਨ ਚਾਟ ਬਣ ਕੇ ਸਾਡੀ ਬਿਲਕੁਲ ਤਿਆਰ ਹੈ। ਉਮੀਦ ਕਰਦੇ ਹਾਂ ਸਾਡੀ ਰੈਸਪੀ ਤੁਹਾਨੂੰ ਅੱਛੀ ਲੱਗੇਗੀ। ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖੋ ਔਰ ਕਮੈਂਟ ਬਾਕਸ ਕਮੈਂਟ ਕਰਕੇ ਦੱਸੋ ਕਿ ਸਾਡੀ ਰੈਸਪੀ ਤੁਹਾਨੂੰ ਕੈਸੀ ਲੱਗੀ। ਥੈਂਕ ਯੂ ਵੈਰੀ ਮੱਚ।